ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਅੱਜ ਦੀ ਤਰੀਕ ਦੇ ਵਿੱਚ ਦੋ ਅਪਡੇਟ ਮਾਸਟਰ ਕੇਡਰ ਅਧਿਆਪਕ ਭਰਤੀ ਅਤੇ ETT ਅਧਿਆਪਕ ਭਰਤੀ ਨਾਲ ਸੰਬੰਧਿਤ ਆਏ ਨੇ ਜੀ, ਅਤੇ ਬਹੁਤ ਹੀ ਲਾਜ਼ਮੀ ਆ ਜਿਹੜਿਆਂ, ਅਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਮਾਸਟਰ ਕੇਡਰ ਨਾਲ ਸੰਬੰਧਿਤ ਆ ਜਿਹੜਾ, ਅਤੇ ਨਤੀਜੇ ਬਾਰੇ ਸਭ ਨੂੰ ਪਤਾ, ਸਕਰੂਟਨੀ ਲਈ ਬੁਲਾਇਆ ਗਿਆ ਸੀਗਾ, ਪਰ ਇਸ ਦੇ ਦੌਰਾਨ ਜਿਹੜੇ ਉਮੀਦਵਾਰ ਕਿਸੇ ਕਾਰਨ ਗੈਰ ਹਾਜ਼ਰ ਹੋ ਗਏ ਸੀ, ਹਾਜ਼ਰ ਨਹੀਂ ਹੋ ਸਕੇ, ਉਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਜੀ 5/2/2021 ਨੂੰ ਬੁਲਾਇਆ ਗਿਆ। ਇਹ ਆ ਜੀ ਮਾਸਟਰ ਗੇਡ ਨਾਲ ਸੰਬੰਧਿਤ ਅਤੇ ETT ਦੇ ਨਾਲ ਦੇ ਵੀ ਸੰਬੰਧ ਤੁਹਾਨੂੰ ਦਿਖਾਉਣੇ ਆ। ਹਾਂਜੀ, ETT ਨਾਲ ਸੰਬੰਧਿਤ ਵੀ ਉਹਨਾਂ ਵੱਲੋਂ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਸਕਰੂਟਨੀ, ਅਤੇ ਉਮੀਦਵਾਰ ਜਿਹੜੇ ਨਹੀਂ ਹਾਜ਼ਰ ਹੋ ਸਕੇ, 5 ਤਰੀਕ ਦਾ ਸੱਦਾ ਹੀ ਇਹਨਾਂ ਨੂੰ ਦਿੱਤਾ ਗਿਆ ਗਾ ਜੀ, ਅਤੇ ਇਹ ਸਾਰੇ ਉਮੀਦਵਾਰਾਂ ਤੱਕ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਤੱਕ ਜ਼ਰੂਰ ਸਾਂਝੀ ਕਰਿਓ ਜਾਣਕਾਰੀ। ਅਤੇ ਹਾਂ, ਕੋਈ ਹੋਰ ਅਪਡੇਟ ਆਉਂਦਾ ਇਹਦੇ ਨਾਲ ਸੰਬੰਧਿਤ ਆਪਾਂ ਲੈ ਕੇ ਆਵਾਂਗੇ। ਚਲੋ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਨਵੇਂ ਅਪਡੇਟ ਨਾਲ ਬਹੁਤ ਜਲਦ ਮਿਲਾਂਗੇ। ਹੱਸਦੇ ਵੱਸਦੇ ਰਹੋ।